ਸ੍ਰੀ ਅਕਾਲ ਜੀ, ਮੈਂ ਪੂਨਮ T84 ਨਿਊਜ਼ ਚੈਨਲ ਤੋਂ। ਅੱਜ ਅਸੀਂ ਆਏ ਹਾਂ ਹਲਕਾ ਸਮਾਣਾ ਦੇ ਪਿੰਡ ਪਹਾੜਪੁਰ। ਲੋ ਜੀ, ਅਸੀਂ ਗੱਲ ਕਰਦੇ ਹਾਂ ਪਿੰਡ ਵਾਸੀਆਂ ਨਾਲ। ਸਰ, ਪੰਜਾਬ ਦੇ ਵਿੱਚ ਜਿਹੜੀ ਨਸ਼ਾ ਪ੍ਰਤੀ ਮੁਹਿੰਮ ਚੱਲ ਰਹੀ ਸੀ, ਉਸ ਦੇ ਵਿੱਚ ਤੁਹਾਡੇ ਪਿੰਡ ਵਿੱਚ ਕਿੰਨਾ ਅਸਰ ਹੋਇਆ, ਕੀ ਨਸ਼ਾ ਘਟਿਆ ਭਾਵੇਂ ਪਿੰਡ ਵਿੱਚ ਤੁਹਾਡੇ? ਨਹੀਂ ਜੀ, ਕੋਈ ਨਹੀਂ, ਕਿਤੇ ਕੋਈ ਫਰਕ ਨਹੀਂ ਪਿਆ। ਕੋਈ ਫਰਕ ਨਹੀਂ ਪਿਆ? ਕੋਈ ਫਰਕ ਨਹੀਂ ਪਿਆ। ਸਾਡੇ ਮਤਲਬ ਜਿਹੜੀ ਪੰਚਾਇਤ ਹੈ ਜੀ, ਸਰਪੰਚ ਮੌਕੇ ਦਾ, ਉਹ ਆਪ ਦਾ ਵੇਚ ਰਹੇ, ਸ਼ਰਾਬ ਵੇਚ ਰਹੇ, ਠੇਕਾ ਉਹਨਾਂ ਆਪ ਖੋਲ ਰੱਖਿਆ ਜੀ, ਤੇ ਸਰਿਆਮ ਗੁੰਡਾਗਰਦੀ ਐਨ ਹੋ ਰਹੀ, ਨਸ਼ਾ ਫੁੱਲ, ਕੋਈ ਫਰਕ ਨਹੀਂ ਪਿਆ। ਸਰ, ਇਸ ਬਾਰੇ ਕੋਈ ਕੰਪਲੇਂਟ ਨਹੀਂ ਕਰੀ? ਕੰਪਲੇਂਟ ਕਰੀ ਸੀ, ਪੁਲਿਸ ਆਈ ਤੇ ਪਰਸ ਉੱਥੇ ਕੁਛ ਲੱਭਿਆ ਨਹੀਂ ਜੀ। ਇਹਨੂੰ ਪਤਾ ਲੱਗੇ ਨਾ ਪਹਿਲਾਂ ਜੀ, ਰੇਡ ਪੈਣ ਵਾਲੇ ਸਮਾਨ ਸਾਂਭਦੇ ਨੇ ਆਪਣਾ ਜੀ। ਸਰ, ਹੋਰ ਪਿੰਡ ਵਿੱਚ ਕੋਈ ਖਾਮੀ, ਪਿੰਡ ਦੇ ਵਿੱਚ ਕੋਈ ਕਮੀਆਂ? ਬਸ ਕਮੀਆਂ ਜੀ, ਇੱਕ ਬੱਚਿਆਂ ਨੂੰ ਪ੍ਰੋਬਲਮ ਸੀ ਸਕੂਲ ਵਾਲਿਆਂ ਨੂੰ ਜੀ। ਇਹਨਾਂ ਨੂੰ ਕੀ ਪ੍ਰੋਬਲਮ ਹੈ ਸਰ? ਇਹਨਾਂ ਨੂੰ ਬੱਚਿਆਂ ਨੂੰ ਪਰਸੋਂ ਕਹਿੰਦੇ ਧੁੱਪੇ ਖੜਾ ਕਰਕੇ ਸਾਰੇ ਆਪਣਾ ਬਾਹਰ ਕੱਢ ਕੇ ਜੀ, ਕੁੜੀਆਂ ਨੂੰ ਕਦੋਂ ਚੱਕਰ ਆਇਆ। ਸਰ, ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੇ ਪਿੰਡ? ਹੋਰ ਸਾਡੇ ਜਿਹੜਾ ਜੀ ਨਰੇਗਾ ਨਾਲ, ਪਟਨਾ ਦੀ ਛੱਪੜ ਜੀ ਟੋਭਾ, ਪਟਨਾ ਦੀ ਨਰੇਗਾ ਨਾਲ ਜੋ ਮਜ਼ਦੂਰਾਂ ਨੂੰ ਕੰਮ ਮਿਲਦਾ, ਉਹਨਾਂ JCB ਨਾਲ ਪਟਾ ਕੇ ਜੋ ਹੁਣ ਨਰੇਗਾ 'ਚ ਪੈਸੇ ਕਢਾਉਣ ਫਿਰਦੇ ਨੇ ਜੀ, ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਜੀ। ਤੇ ਬਾਕੀ ਜਿਹੜੀ ਸਾਡੀ ਕੰਮੋ ਕੌਰ ਮੌਕੇ ਦੀ ਸਰਪੰਚ ਹੈ ਜੀ, ਉਹ ਆਪ ਸ਼ਰਾਬ ਵੇਚਦੀ ਹੈ, ਠੇਕੇ ਦੀ ਦਾਰੂ ਵੇਚਦੀ ਹੈ ਜੀ, 20 ਰੁਪਏ ਦਾਰੂ ਲੈ ਲਓ, 30 ਰੁਪਏ ਲੈ ਲਓ, ਖੁੱਲ੍ਹੀ ਵੇਚੀ ਵਿਕਦੀ ਹੈ ਜਾਂ ਸਰਿਆਮ ਜੀ। ਸਰ, ਫਿਰ ਕੋਈ ਰੋਕਦਾ ਨਹੀਂ ਇਹਨਾਂ ਨੂੰ? ਨਾ ਜੀ, ਕੋਈ ਰੋਕਦਾ ਜੀ। ਸਾਡੇ ਆਲੇ ਦੁਆਲੇ ਮਸ਼ਹੂਰ ਹੈ ਜੀ ਪਿੰਡ, ਆਂਢ ਗੁਆਂਢ 'ਚ ਤਰੋੜਾ, ਭੇੜਪੁਰਾ, ਫਤਿਹਪੁਰ, ਸਾਰੇ ਪਿੰਡ ਸਾਡੇ ਪਿੰਡ ਨਸ਼ੇ ਲੈਣ ਆਉਂਦੇ, ਦਾਰੂ ਲੈਣ ਆਉਂਦੇ ਸ਼ਾਮ ਨੂੰ ਜੀ, ਉਹਦੇ ਮੇਲਾ ਲੱਗਿਆ ਹੋਇਆ ਜੀ, ਦੇਖ ਲਓ ਜੀ। ਸਰ, ਉਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਨੇ? ਕਾਂਗਰਸ ਨੂੰ ਕਰਦੇ ਨੇ। ਕਾਂਗਰਸ ਪਾਰਟੀ ਨੂੰ? ਹਾਂਜੀ, ਕਾਂਗਰਸ ਨੂੰ ਕਰਦੇ ਨੇ। ਵੀ ਸੋਚਦੇ ਵੀ ਜਿਹੜੇ ਅੱਗੇ ਪੰਚਾਇਤ ਬਣੇ, ਨਸ਼ਾ ਮੁਕਤ ਬਣੇ ਜੀ, ਤਾਂ ਆਪ ਸਾਰੇ ਨਸ਼ਾ ਕਰਦੇ ਨੇ ਸਾਰੇ, ਇਹਨਾਂ ਮੰਨ ਲਓ ਬਹੁਤ ਪਿੰਡ ਦੀ ਪੱਟੀ ਮੇਸ਼ ਹੋਈ ਪਈ ਹੈ ਜੀ। ਇੱਥੇ ਵੀ ਸ਼ਰਾਰਤ ਖੇਡਦੇ ਨੇ, ਜੇ 2 ਬੰਦੇ ਹਟਾਉਂਦੇ ਨੇ 4 ਉੱਧਰ ਹੋ ਜਾਂਦੇ ਨੇ, 2 ਉੱਧਰ ਹੋ ਜਾਂਦੇ ਨੇ ਜੀ। ਅਸਲ ਤਾਂ ਜੀ ਸਾਰਾ ਪਿੰਡ ਇਕੱਠਾ ਹੋ ਕੇ ਸੋਹਣੇ, ਬਾਬੇ ਅਸੀਂ ਨਸ਼ਾ ਹਟਾਉਣਾ ਪਿੰਡ 'ਚੋਂ, ਤਾਂ ਖਤਮ ਹੋ ਨਹੀਂ ਰਹੇ, ਸਿਆਸਤ ਹੋ ਜਾਂਦੀ ਇੱਥੇ ਵੀ। ਸਰ, ਮੇਨ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਿੰਡ ਬਾਰੇ, ਕੀ ਮਤਲਬ ਸਭ ਤੋਂ ਜ਼ਿਆਦਾ ਕਿਸ ਚੀਜ਼ ਦਾ ਨੁਕਸਾਨ ਹੋ ਰਿਹਾ ਤੁਹਾਡੇ ਪਿੰਡ ਨੂੰ? ਸਾਡੀ ਨੌਜਵਾਨ ਪੀੜ੍ਹੀ ਦਾ ਨੁਕਸਾਨ ਹੋ ਰਿਹਾ ਜੀ, ਬਹੁਤ ਨਸ਼ਾ, 20 ਰੁਪਏ ਦਾ ਮਿਲ ਜਾਂਦੀ ਹੈ ਜੀ, ਜਿੱਥੋਂ ਮਰਜ਼ੀ ਲੈ ਕੇ ਲੈ ਲਓ। ਅਸੀਂ ਕਹਿੰਦੇ ਵੀ ਸਾਰਾ ਪਿੰਡ ਇਕੱਠਾ ਹੋ ਕੇ ਸਾਡੇ ਗੁਰਦੁਆਰੇ ਸੋਹਣੇ ਪਾਵੇ, ਤਾਂ ਮਸਲਾ ਹੱਲੂਗਾ ਵੀ ਅਸੀਂ ਨਸ਼ੇ ਦੇ ਖਿਲਾਫ਼ ਹੈ। ਨਹੀਂ ਜੇ ਅਸੀਂ ਹਟਾਉਂਦੇ ਹਾਂ 2 ਉੱਧਰ ਹੋ ਜਾਂਦੇ ਨੇ, ਹੁਣ ਸਰਪੰਚੀ ਦਾ ਇਲੈਕਸ਼ਨ ਹੈ ਜੀ, ਹਰੇਕ ਬੰਦਾ ਆਪਣੇ ਨੰਬਰ ਬਣਾਉਂਦਾ ਵੀ ਵੇਚੋ ਮੌਜਾਂ ਮਾਰੋ ਕੁਛ ਕਰੋ। ਫਿਰ ਸਰ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਸ ਬਾਰੇ ਵੀ ਜਿਹੜੀ ਸਾਡੀ ਮੰਨ ਲਓ ਜੀ ਮੇਨ ਬੰਦੇ ਨੇ ਪੰਚਾਇਤ ਸਾਡੀ, ਉਹ ਆਪ ਨਸ਼ੇ ਵੇਚ ਰਹੀ ਹੈ ਜੀ, ਕਿਸੇ ਨੂੰ ਕੀ ਹਟਾਉਣਗੇ ਜੀ? ਹਾਂਜੀ, ਇਹ ਆਪ ਨਸ਼ੇ ਵੇਚ ਰਹੇ ਨੇ, ਵੀ ਅੱਗੇ ਜਿਹੜੀ ਪੰਚਾਇਤ ਹੈ ਜਾਂ ਕੋਈ ਆਪਣਾ ਸੋਹਣੇ ਪਾ ਕੇ ਸਾਰਾ ਪਿੰਡ ਇਕੱਠਾ ਹੋ ਕੇ ਤਾਂ ਹੱਲ ਹੋਊਗਾ ਜੀ, ਨਹੀਂ ਤਾਂ ਇਹ ਮੰਨ ਲਓ ਕੰਮ ਖਰਾਬ ਹੋ ਗਿਆ। ਸਾਡਾ ਇਲਾਕੇ 'ਚ ਮਸ਼ਹੂਰ ਹੈ ਜੀ, ਮੰਨ ਲਓ ਪਿੰਡ ਨਸ਼ੇ ਦੇ ਖਿਲਾਫ਼, ਮੰਨ ਲਓ ਨਸ਼ੇ ਦਾ ਵੀ ਨਸ਼ਾ ਇੱਥੋਂ ਮਿਲਦਾ, ਸ਼ਾਮ ਨੂੰ ਵੀ ਮੇਲਾ ਲੱਗ ਜਾਂਦਾ ਜੀ, ਕੋਈ ਦਾਰੂ ਲੈ ਕੇ ਜਾ ਰਿਹਾ, ਕੋਈ ਕੁਛ ਲੈ ਕੇ ਜਾ ਰਿਹਾ। ਕਿਸ ਤਰ੍ਹਾਂ ਦਾ ਨਸ਼ਾ ਵਿਕਦਾ ਤੁਹਾਡੇ ਪਿੰਡ ਦੇ ਵਿੱਚ? ਨਸ਼ਾ ਜੀ ਸ਼ਰਾਬ ਵਿਕਦੀ ਹੈ, ਮੰਨ ਲਓ ਜਿਹੜੀ ਸਾਡੀ ਸਰਪੰਚ ਹੈ ਜੀ, ਉਹ ਤੋਂ 20 ਰੁਪਏ ਦਾ ਲੈ ਲਓ, ਬੱਚੇ ਛੋਟੇ ਛੋਟੇ 10 ਰੁਪਏ ਲੈ ਲਓ, 20 ਰੁਪਏ ਦੀਆਂ ਖੁੱਲ੍ਹਾ ਨਸ਼ਾ ਵਿਕਦਾ ਜੀ, ਸ਼ਰਾਬ ਪੀਂਦੇ ਨੇ ਬੱਚੇ, ਛੋਟੇ ਛੋਟੇ ਲੱਗਦੇ ਨੇ, ਜੇ ਦੂਰ ਜਾਣਾ ਪਵੇ ਚਲੋ ਬੱਚਾ ਘੋਲ ਕਰ ਜਾਂਦਾ ਜੀ, 100 ਦੀ ਬੋਤਲ ਮਿਲਦੀ ਹੈ, ਇੱਥੇ 20 ਰੁਪਏ ਦੇ ਗਲਾਸ 'ਚ ਪਾ ਕੇ ਦੇ ਦਿੰਦੇ ਨੇ ਜੀ, ਇੰਨਾ ਮੰਦਾ ਹਾਲ ਹੈ ਦੇਖੋ। ਸਰ, ਤੁਸੀਂ ਰੋਜ਼ਗਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਪਿੰਡ ਬਾਰੇ, ਮਤਲਬ ਤੁਹਾਡੇ ਪਿੰਡ ਦੇ ਕਿੰਨੇ ਕੁ ਬੇਰੋਜ਼ਗਾਰ ਨੇ, ਕਿੰਨੇ ਕੁ ਰੋਜ਼ਗਾਰ ਨੇ? ਬੇਰੁਜ਼ਗਾਰ ਤਾਂ ਜੀ ਬੱਚੇ ਸਾਰੇ ਹੀ ਨੇ ਜੀ, ਕਿਸੇ ਕੋਲ ਜੋਬ ਨਹੀਂ ਮਿਲਣੀ, ਨਾ ਕੋਈ ਸਾਡਾ ਸਾਰੇ ਪਿੰਡ 'ਚ, ਨਾ ਕੋਈ ਪੰਜਾਬ ਪੁਲਿਸ 'ਚ ਹੈ ਜੀ, ਨਾ ਕੋਈ ਆਰਮੀ 'ਚ ਹੈ ਜੀ, ਸਾਡਾ ਮਤਲਬ ਪੜ੍ਹੇ ਲਿਖੇ ਮੁੰਡੇ ਨੇ ਜੀ, ਉਹ ਤਾਂ ਸਾਰੇ ਪੰਜਾਬ ਦੇ ਤੁਹਾਨੂੰ ਪਤਾ ਹੀ ਹੈ ਜੀ, ਜੀ ਪ੍ਰਾਈਵੇਟ ਕੰਮ ਕਰ ਰਿਹਾ, ਕੋਈ ਦਿਹਾੜੀ ਕਰ ਰਿਹਾ ਜੀ, BA ਕਰੇ ਹੋਏ ਮੁੰਡਿਆਂ ਦੀ, ਮੰਦਾ ਹਾਲ ਹੈ ਜੀ। ਸਾਡੇ ਪਿੰਡ 'ਚ ਲੈ ਲਓ ਜੀ 900 ਵੋਟ ਆ, ਇੱਕ ਵੀ ਮੁੰਡਾ ਪੰਜਾਬ ਪੁਲਿਸ 'ਚ ਨਹੀਂ ਹੈਗਾ, ਕੋਈ ਬੈਂਕ 'ਚ ਨਹੀਂ। ਕਾਰਨ ਕੀ ਹੈ ਸਰ? ਕਾਰਨ ਜੀ ਬਸ ਆਹੀ ਬੇਰੁਜ਼ਗਾਰੀ, ਨਸ਼ੇ 'ਚ ਉਲਝੇ ਹੋਏ ਨੇ ਜੀ ਲੋਕ। ਮੈਂ ਇਸ ਚੈਨਲ ਦਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਜੀ, ਸਾਡੇ ਪਿੰਡ ਤੱਕ ਪਹੁੰਚੇ, ਸਾਡੀਆਂ ਸਮੱਸਿਆ ਸੁਣੀਆਂ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।